ਸਾਰਿਆਂ ਦੀ ਜ਼ਿੰਦਗੀ ਤਾਂ ਸ਼ੱਕ ਨਾਲ ਭਰੀ ਆ ਸਾਰਿਆਂ ਦੀ ਜ਼ਿੰਦਗੀ ਤਾਂ ਸ਼ੱਕ ਨਾਲ ਭਰੀ ਆ ਸ਼ੱਕ ਵਾਲੀ ਸੂਈ ਮੇਰੀ ਤੇਰੇ ਉੱਤੇ ਖੜੀ ਆ ਸਾਰਿਆਂ ਦੀ ਜ਼ਿੰਦਗੀ ਤਾਂ ਸ਼ੱਕ ਨਾਲ ਭਰੀ ਆ ਸ਼ੱਕ ਵਾਲੀ ਸੂਈ ਮੇਰੀ ਤੇਰੇ ਉੱਤੇ ਖੜੀ ਆ ਲੱਖ ਚਾਹਾਂ ਮੈਂ ਹਟਾਉਣੀ ਇਹਦੀ ਕਿਤੇ ਵੱਧ ਈ ਅੜੀ ਆ ਮੈਨੂੰ ਹੁੰਦਾ ਨਹੀਂ ਯਕੀਨ ਤੋ ਕਿਹੜੀ ਗੱਲ ਐ ਅਸੀਂ ਕਰੀ ਆ ਸ਼ੱਕ ਸ਼ੱਕ ਵਿੱਚ ਸ਼ੱਕ ਹੋਇਆ ਹਦੋਂ ਪਾਰ ਡਰ ਲੱਗਦਾ ਏ ਮੈਨੂੰ ਚੰਨ ਦੇਵੇ ਨਾ ਕੋਚਾੜ ਜਦੋਂ ਹੋ ਜੇ ਇੱਕ ਵਾਰ ਕਰ ਦੇਵੇ ਬਰਬਾਦ ਸਾਰੇ ਸ਼ੱਕ ਦੇ ਪਵਾੜੇ ਮਟਾਉਂਦਾ ਪਿਆਰ ਤੇ ਥਪਾਕ ਲਿਖਣ ਨੂੰ ਕਿੰਨਾ ਕੋ ਸਮਾਂ ਦੇ ਪਉਂਦੇ ਹੋ ਆਪਣੇ ਜਿਹੜਾ ਤੁਹਾਡੇ ਜ਼ਰੂਰੀ ਤੁਸੀਂ ਆਪਣਾ ਕੰਮ ਜਿਹੜਾ ਕਰਨਾ ਹੁੰਦਾ ਉਸ ਤੋਂ ਇਲਾਵਾ ਲਿਖਣ ਦੇ ਤੇ ਕਿੰਨਾ ਕੋ ਟਾਈਮ ਦਿੰਦੇ ਹੋ ਸਰ ਲਿਖਣਾ ਤਾਂ ਇੱਕ ਸਮੁੰਦਰ ਆ ਮੈਂ ਇਹਨੂੰ ਆਪਣਾ ਕੋਈ ਟਾਈਮ ਨਹੀਂ ਦਿੰਦਾ ਬੜੇ ਜੇ ਮੈਂ ਟਾਈਮ ਦੀ ਗੱਲ ਕਰਾਂ ਤਾਂ ਅਗਰ ਹੁਣ ਕਿਸੇ ਵaile ਹੁੰਦਾ ਕਿ ਮੈਂ ਸੁੱਤਾ ਬਿਆ ਹੁੰਦਾ ਵਾਂ ਮਰੇ ਜ਼ੈਨ ਦੇ ਵਿੱਚ ਗੱਲ ਹਨਾ ਜਦੋਂ ਉੱਠ ਖੜਦਾ ਵਾਂ ਤਾਂ ਉਦੋਂ ਆ ਜਾਂਦੀ ਹੈ ਚੰਦ ਲੈਨ ਆ ਜਾਂਦੀਆਂ ਨੇ ਤਾਂ ਫਿਰ ਰੂਟੀਨ ਬਾਈ ਰੂਟੀਨ ਉਦੋਂ ਹੀ ਫਿਰ ਲਿਖਣਾ ਸ਼ੁਰੂ ਕਰਦੇ ਜੀ ਦਾ ਵੇਲੇ ਜਦੋਂ ਸੀ ਪਰਾਣੇ ਹੁੰਦੀ ਕਾਨਿਆਂ ਦੀ ਛੱਤ ਸਿੱਧੇ ਸਾਦੇ ਜਿਹੇ ਲੋਕ ਤੇ ਸਿਆਣੀ ਜਹੀ ਮਤ ਬੰਨ ਚਾਦਰਾਂ ਸੀ ਚਿੱਟਾ ਮੋਢੇ ਸਾਫਾ ਰੱਖ ਲੈਂਦੇ ਸੀ ਤੁਰਦੇ ਫਿਰਦੇ ਉਹ ਖਾਲਾਂ ਵਿੱਚੋਂ ਪਾਣੀ ਪੀ ਲੈਂਦੇ ਸੀ ਸਾਇੰਸ ਕਰਕੇ ਤਰੱਕੀ ਅੱਜ ਪਾਲਿਆ ਕੀ ਲੋਕ ਹਰ ਘਰ ਕੋਖ ਵਿੱਚ ਮਾਰਦੇ ਨੇ ਤੀ ਅੱਖ ਚੱਕ ਕੇ ਨਾ ਦੇਖਦਾ ਸੀ ਪਹਿਲਾਂ ਕੋਈ ਧੀਆ ਪੈਣਾ ਵੱਲ ਨੂੰ ਅੱਜ 2021 ਇਹਦਾ ਇਨਜ਼ਾਮ ਹੋਣਾ ਕੀ ਇਹ ਕੱਲ ਨੂੰ ਬਜ਼ੁਰਗ ਮੀਲਾ ਮੀਲ ਪੈਦਲ ਕਦੇ ਕਰਦੇ ਸੀ ਸਵਾਰੀ ਅੱਜ ਹਰ ਘਰ ਵਿੱਚ ਯਾਰਾਂ ਲੱਗੀ ਏ ਸਫਾਰੀ ਅੰਨ ਚੁੱਲਿਆਂ ਤੇ ਪੱਕਦਾ ਤੇ ਸੇਵਾ ਪਾਣੀ ਹੋਵੇ ਹਰ ਦੀ ਅੱਜ ਇੱਕ ਸਾਥ ਸੋਹਰੇ ਦੀ ਰੋਟੀ ਪਿਛੇ ਨੂੰ 100 ਵਾਰੀ ਮਰਦੀ ਜੇਕਰ ਜਿਵੇਂ ਹੈ ਪਰ ਗੱਲ ਕਰੀਏ ਅੱਜ ਕੱਲ ਦੇ ਸਿੰਗਰਸ ਦੀ ਤਾਂ ਉਹ ਗਾਇਕ ਜਿਹੜੇ ਨੇ ਅੱਜ ਦੇ ਉਹ ਥੋੜਾ ਜਿਹੜਾ ਯੰਗਸਟਰ ਨੂੰ ਜਿਹੜੇ ਅੱਜ ਦੇ ਨੌਜਵਾਨ ਪੀੜ੍ਹੀ ਆ ਉਹਨੂੰ ਕਿਤੇ ਨਾ ਕਿਤੇ ਕੋਸ਼ ਜਿਹੜੇ ਗੀਤ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਗਲਤ ਮੈਸੇਜ ਦਿੰਦੇ ਆ ਕੀ ਕਹਿਣਾ ਚਾਹੁੰਦੇ ਉਹਦੇ ਸਰ ਗਲਤ ਮੈਥੀ ਮੈਸੇਜ ਆ ਨੇ ਤੀ ਜ਼ਾ ਤਾਂ ਤੁਸੀਂ ਹਨਾ ਆਪਾਂ ਡੇਲੀ ਨਿਊਜ਼ ਦੇ ਉੱਪਰ ਦੇਖਦੇ ਆ ਆ ਹੁਣ ਇੱਕ ਪਿੰਡ ਦੀ ਵੀਡੀਓ ਸੀ ਜਿੱਥੇ ਹਨਾ ਤਿੰਨ ਚਾਰ ਲੜਕੀਆਂ ਦਾ ਗਰੁੱਪ ਰਫਲ ਲੈ ਕੇ ਸ਼ੂਟ ਕਰ ਰਿਆ ਸੀ ਵੀਡੀਓ ਉਹ ਕਿੰਨਾ ਦੀ ਦੇਨ ਉਹ ਸਾਡੇ ਗਾਣਿਆਂ ਦੀ ਦੀਨ ਜਦੋਂ ਅਸੀਂ ਇਸ ਤਰ੍ਹਾਂ ਦੇ ਹਨ ਗਾਇਕੀ ਨੂੰ ਸੁਣਦੇ ਆ ਤੇ ਸਾਡੇ ਫਿਰ ਦਿਲ ਕਰਦਾ ਕਿ ਅਸੀਂ ਵੀ ਯਾਰ ਹਥਿਆਰ ਲੈ ਕੇ ਦੇਖੀਏ ਯਾ ਫੜ ਕੇ ਸ਼ੂਟ ਕਰੀਏ ਸਾਡੇ ਹਨਾ ਪ੍ਰੋਮੋਸ਼ਨ ਹੋ ਗਈ ਅਸੀਂ ਫੇਮਸ ਹੋਵਾਂਗੇ ਬੜੀ ਚੀਜ਼ਾਂ ਗਲਤ ਆ ਤੌਰ ਤਰੀਕੇ ਬਦਲੇ ਤੇਰੇ ਲਿਖਤਾ ਵਾਂਗਰ ਪੜਲੇ ਚਿਹਰੇ ਸਾਡੀ ਤਾਂ ਹੁਣ ਲੋੜਨਾ ਰਹਿ ਗਈ ਖਾਸ ਬਣਾ ਲੈ ਖੌਰੇ ਕਿਹੜੇ ਜਿਨ੍ਹਾਂ ਨੂੰ ਸਭੀ ਔਖੇ ਲੱਗਦੇ ਸੀ ਬਿਨ ਸਾਡੇ ਜੀਣਾ ਸਿੱਖ ਗਏ ਨੇ ਜੋ ਖੁਦ ਕਾਇਨਾਤ ਦੇ ਮਾਲਕ ਸੀ ਉਹ ਵਾਂਗ ਵਸਤੂਆਂ ਵੇਖ ਗਏ ਨੇ ਅਸੀਂ ਚੁੱਪ ਚਪੀਤੇ ਨਾ ਬੋਲੇ ਦਿਲ ਪਹਿਲਾਂ ਹੀ ਜੜ ਤੋਂ ਸੱਚੇ ਸੀ ਉਹ ਵਾਂਗ ਚਮਚੇ ਵਰਤ ਗਏ ਐਸੇ ਭਾਂਡੇ ਉਹ ਵੀ ਕੱਚੇ ਸੀ ਤੈਨੂੰ ਕੱਢ ਕੇ ਮੈਂ ਲੈ ਜਾ ਐਡੀ ਵੱਡੀ ਵੀ ਕੋਈ ਗੱਲ ਨਾ ਤੇਰੇ ਮਾਪੇ ਮੰਨ ਜਾਣ ਐਡੀ ਸੋਖੀ ਵੀ ਕੋਈ ਗੱਲ ਨਾ ਉਨਾਂ ਨੂੰ ਇੱਜ਼ਤਾਂ ਪਿਆਰੀਆਂ ਤੇਰੇ ਹੱਥਾਂ ਵਿੱਚ ਸਰਦਾਰੀਆਂ ਨਾ ਮੇ ਪੱਗਾ ਨਾਲ ਖੇਡਾ ਮੈਨੂੰ ਵੀ ਤਾਂ ਇੱਜ਼ਤਾਂ ਪਿਆਰੀਆਂ ਤੇਰਾ ਬਾਪੂ ਲੱਭੇ ਪੈਲੀ ਮੇਰੀ ਕਨਾਲ ਦੀ ਔਕਾਤ ਨਾ ਮੈਚ ਖਾਂਦਾ ਨਹੀਂ ਉਹ ਮੇਰਾ ਢੋਡੀ ਸੰਧੂ ਸਾਹਿਬ ਜਾਤ ਨਾ ਗੱਲ ਕਹੂੰਗਾ ਜ਼ਰੂਰ ਗੱਲ ਲੱਗੂ ਤੁਹਾਨੂੰ ਕੋੜੀ ਦਿਲ ਮਿਲੇਆਂ ਦੇ ਮੇਲੇ ਗੱਲ ਰੱਬ ਨੇ ਆ ਤੋਰੀ ਹੋ ਬਈ ਲੀਆਂ ਦੇ ਵੈਲ ਪੁਣੇ ਨੇ ਮਾਰਦਾ ਗਰੀਬ ਦਾਸੀ ਪੋਤੇ ਓਏ ਓ ਵੈਲੀਆਂ ਦੇ ਵੈਲ ਪੁਣੇ ਨੇ ਮਾਰਤਾ ਗਰੀਬ ਦਾਸੀ ਪੁੱਤ ਓਏ 2 ਬਾਈ ਸਾਲ ਦੀ ਉਮਰ ਮੁੰਡਾ ਸੋਨਾ ਸੀ ਸਨਖਾ ਹੀ ਖਾ ਗਿਆ ਏ ਬਾਪੂ ਨੂੰ ਤਾਂ ਧੋਖੇ ਓਏ ਰਾਲੀ ਯਾਰਾਂ ਨਾਲ ਬੰਦੇ ਜਿਹੜੇ ਮਾਰਦੇ ਉਹਨਾਂ ਰੱਖ ਦਿੱਤਾ ਪੁੱਤ ਮੇਰਾ ਮਾਰ ਕੇ ਉਹ ਗਾਣਿਆਂ ਚ ਗੰਨਾਂ ਨੂੰ ਚਲਾਉਣ ਵਾਲੀ ਉਹ ਗੱਲ ਸੋਚੇ ਹੋਏ ਕਦੀ ਇਹ ਵਿਚਾਰ ਕੇ ਗਏ ਕਿੰਨੀਆਂ ਮਾਵਾਂ ਦੇ ਪੁੱਤ ਸੇਵਿਆਂ ਚ ਫੁਕੇ ਕਿੰਨੇ ਹਾਰੇ ਗਾਣੇ ਸੋਣ ਮਾਰਨੇ ਗਏ ਕਿੰਨੀਆਂ ਮਾਵਾਂ ਦੇ ਪੁੱਤ ਸੇਵਿਆਂ ਚ ਫੁਕੇ ਕਿੰਨੇ ਹਾਰੇ ਗਾਣੇ ਸੋਣ ਮਾਰਨੇ ਸੋਸ਼ੀ ਗੱਲ ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਲੇਖਕ ਨਾਲ ਕਰਵਾਉਣ ਜਾ ਰਹੇ ਹਾਂ ਜੋ ਕਿ ਨਾਮਾਤਰ ਪੜੇ ਨੇ ਪਰ ਬਹੁਤ ਵਧੀਆ ਲਿਖਦੇ ਨੇ ਤੁਹਾਨੂੰ ਦੱਸ ਦਈਏ ਕਿ ਲਿਖਣ ਦੇ ਨਾਲ-ਨਾਲ ਇਹ ਜੋ ਮਿਹਨਤ ਮਜ਼ਦੂਰੀ ਕਰਦੇ ਨੇ ਔਰ ਕੋਸ਼ਿਸ਼ ਸਮਾਂ ਕੱਢ ਕੇ ਹੀ ਲਿਖਦੇ ਨੇ ਸੋ ਗੱਲਬਾਤ ਕਰਦੇ ਆਂ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਮਿਹਨਤ ਮਜ਼ਦੂਰੀ ਕਰਦੇ ਹੋ ਔਰ ਨਾਲ ਨਾਲ ਤੁਹਾਨੂੰ ਲਿਖਣ ਦਾ ਸ਼ੌਂਕ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੇ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ ਸੋ ਬਹੁਤ ਹੀ ਜੰਗਾ ਲੱਗਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਲਿਖਦੇ ਆਂ ਜਾਂ ਹਨਾ ਸਾਡੀ ਇਹ ਨਹੀਂ ਔਕਾਤ ਨਹੀਂ ਸੀ ਬਟ ਬਾਬਾ ਜੀ ਦਾ ਗੋਡ ਗਿਫਟ ਆ ਪਰਮਾਤਮਾ ਵੱਲੋਂ ਦੇਣਾ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਮੈਂ ਸ਼ੁਰੂਆਤ ਤੋਂ ਮੈਂ ਕਹਾਂਗਾ ਕਿ ਕੁਝ ਸਾਨੂੰ ਜਰੂਰ ਜਿਹੜਾ ਆ ਸਾਡੇ ਦਰਸ਼ਕਾਂ ਨੂੰ ਕੁਝ ਬੋਲ ਕੇ ਤਾਂ ਸੁਣਾਉ ਜੋ ਤੁਸੀਂ ਲਿਖਿਆ ਹੋਇਆ ਜੀ ਬਿਲਕੁਲ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਸ਼ੱਕ ਆ ਜਾਂਦਾ ਸੋ ਅਸੀਂ ਜਾਣਦੇ ਹਾਂ ਕਿ ਸ਼ੱਕ ਦੇ ਕਿੰਨੀਆਂ ਦਰਾਰਾਂ ਪਾ ਦਿੰਦਾ ਹਨ ਕਿੱਥੋਂ ਤੋਂ ਕਿੱਥੇ ਲੈ ਕੇ ਖੜਾ ਕਰ ਦਿੰਦਾ ਸੋ ਜ਼ਰਾ ਸ਼ੱਕ ਤੇ ਸਾਰਿਆਂ ਦੀ ਜ਼ਿੰਦਗੀ ਤਾਂ ਸ਼ੱਕ ਨਾਲ ਭਰੀ ਆ ਸਾਰਿਆਂ ਦੀ ਜ਼ਿੰਦਗੀ ਤਾਂ ਸ਼ੱਕ ਨਾਲ ਭਰੀ ਆ ਸ਼ੱਕ ਵਾਲੀ ਸੂਈ ਮੇਰੀ ਤੇਰੇ ਉੱਤੇ ਖੜੀ ਆ ਸਾਰਿਆਂ ਦੀ ਜ਼ਿੰਦਗੀ ਤਾਂ ਸ਼ੱਕ ਨਾਲ ਭਰੀ ਆ ਸ਼ੱਕ ਵਾਲੀ ਸੂਈ ਮੇਰੀ ਤੇਰੇ ਉੱਤੇ ਖੜੀ ਆ ਲੱਖ ਚਾਹਾਂ ਮੈਂ ਹਟਾਉਣੀ ਇਹਦੀ ਕਿਤੇ ਵੱਧ ਹੀ ਅੜੀ ਆ ਮੈਨੂੰ ਹੁੰਦਾ ਨਹੀਂ ਯਕੀਨ ਤੋ ਕਿਹੜੀ ਗੱਲ ਐ ਅਸੀਂ ਕਰੀ ਆ ਸ਼ੱਕ ਸ਼ੱਕ ਵਿੱਚ ਸ਼ੱਕ ਹੋਇਆ ਹਦੋਂ ਪਾਰ ਡਰ ਲੱਗਦਾ ਏ ਮੈਨੂੰ ਚੰਨ ਦੇਵੇ ਨਾ ਕੋਚਾੜ ਜਦੋਂ ਹੋ ਜੇ ਇੱਕ ਵਾਰ ਕਰ ਦੇਵੇ ਬਰਬਾਦ ਸਾਰੇ ਸ਼ੱਕ ਦੇ ਪਵਾੜੇ ਮਟਾਉਂਦਾ ਪਿਆਰ ਤੇ ਥਪਾਕ ਇਦੀ ਕੋਈ ਨਾ ਉਮਰ ਚਾਹੇ ਬੁੱਢਾ ਤੇ ਜਵਾਕ ਪਰ ਇਨਾਂ ਕੋ ਪਤਾਏ ਸ਼ੱਕ ਕਰ ਦੇਂਦਾ ਬਰਬਾਦ ਜੇ ਮੈਂ ਹੋ ਜਾਵਾਂ ਆਜ਼ਾਦ ਛੱਡਾ ਸ਼ੱਕ ਵਾਲੇ ਇਨਸਾਨ ਨੂੰ ਫੇਰ ਵੀ ਤਾਂ ਸ਼ੱਕ ਵਾਲੀ ਗੱਲ ਪੈਂਦੀ ਖਾਨ ਨੂੰ ਕਿਹੜੀ ਹੋਈ ਹੋਣੀ ਗੱਲ ਕਿਹੜੀ ਗੱਲ ਦਾ ਔਲਾਾਰੇ ਹੋ ਗਏ ਇਹਨੇ ਸਾਰੇ ਪਿਆ ਮਾਸਾ ਵੀ ਨਾ ਰੌਲਾ ਜਿੱਥੇ ਪਿਆਰ ਦਾ ਸੀ ਮਹਿਲ ਮੇਰਾ ਉੱਥੇ ਸ਼ੱਕ ਵਾਰ ਬਹਿ ਗਿਆ ਮੈਂ ਵੀ ਦਿੱਤੀ ਸੀ ਪਨਾ ਤਾਂ ਹੀੋਂ ਕੱਲਾ ਹੋ ਕੇ ਰਹਿ ਗਿਆ ਹੁਣ ਨਾ ਹੀ ਯਾਰ ਤੇ ਪਿਆਰ ਨਾ ਹੀ ਯਾਰ ਦਾ ਦیدار ਦੂਰ ਇਨਾਂ ਹੋ ਕੇ ਬੈਠਾ ਛੋਟਾ ਪੈਂਦਾ ਕੁਤਮ ਬਿਨਾਰ ਸੱਚ-ਸੱਚ ਦਸਾਂ ਮਾਰੇ ਸ਼ੱਕ ਨਾਲ ਲਿੰਕ ਨੇ ਬੜੀ ਵਾਰ ਧੋਖੇ ਖਾਦੇ ਤੇਰੇ ਇਸ ਪ੍ਰਿੰਸ ਨੇ ਜਦੋਂ ਵੇਖਿਆ ਤੂੰ ਵੱਲ ਮੇਰੇ ਮੈਨੂੰ ਸ਼ੱਕ ਜਿਹਾ ਹੋ ਗਿਆ ਹੋਇਆ ਤੈਨੂੰ ਵੀ ਪਿਆਰ ਮੈਨੂੰ ਹੱਦੋਂ ਵੱਧ ਹੋ ਗਿਆ ਹੁਣ ਸ਼ੱਕ ਤੇ ਪਿਆਰ ਦੋਵੇਂ ਚੀਜ਼ਾਂ ਨੇ ਖਰਾਬ ਜਿਹੜਾ ਦੋਵਾਂ ਵਿੱਚ ਫਸੇ ਉਹਨੂੰ ਪੈਂਦੀ ਏ ਉਹ ਜਾੜ ਜੇ ਤੂੰ ਕਰੇਂ ਸ਼ੱਕ-ਸ਼ੱਕ ਫਿਰ ਕੱਖੋ ਹੌਲਾ ਹੋਏਗਾ ਅੱਜ ਜਿਵੇਂ ਰੋਂਦਾ ਪ੍ਰਿੰਸ ਵੇ ਤੂੰ ਇੱਕ ਦਿਨ ਰੋਏਂਗਾ ਅੱਜ ਜਿਵੇਂ ਰੋਂਦਾ ਪ੍ਰਿੰਸ ਇਹ ਤੂੰ ਇੱਕ ਦਿਨ ਰੋਏਂਗਾ ਤਾਂ ਕਿੰਨੀ ਉਮਰ ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕਰਤਾ ਸੀ ਸਰ ਮੈਂ 6 ਸਾਲ ਦੀ ਉਮਰ ਦੇ ਵਿੱਚ ਲਿਖਣਾ ਸ਼ੁਰੂ ਕਰਤਾ ਸੀ ਕਿੰਨੇ ਸਾਲ ਹੋ ਗਏ ਹੁਣ ਤੱਕ ਤੁਹਾਨੂੰ ਸਰ ਹੁਣ ਤੱਕ ਮੈਨੂੰ 15 ਸਾਲ ਹੋ ਗਏ ਲਿਖਦੇ ਨੂੰ ਜੀ ਤਾਂ ਪਰਿਵਾਰ ਵੱਲੋਂ ਫਿਰ ਕਿਸ ਤਰ੍ਹਾਂ ਦੀ ਸਪੋਰਟ ਆ ਕਿਉਂਕਿ ਤੁਸੀਂ ਇੱਕ ਮਿਹਨਤ ਕਰਕੇ ਜਿਹੜਾ ਆਪਣਾ ਰੋਟੀ ਰੋਜੀ ਵੀ ਚਲਾਉਂਦੇ ਹੋ ਨਾਲ ਲਿਖਦੇ ਵੀ ਹੋ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜੀ ਪਰਿਵਾਰ ਵੱਲੋਂ ਤਾਂ ਪੂਰਾ ਸਹਿਯੋਗ ਆ ਬਟ ਕਹਿੰਦੇ ਕੀ ਕੋਈ ਵੀ ਹਨਾ ਸੀਂ ਮੰਜ਼ਿਲ ਨੂੰ ਪਾਉਣਾ ਵਾ ਤਾਂ ਉਹਦੇ ਵੱਲ ਧਿਆਨ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਫੈਮਿਲੀ ਮੱਲੋ ਫੁੱਲ ਸਪੋਰਟ ਆ ਜੀ ਤਾਂ ਫਿਰ ਲਿਖਣ ਨੂੰ ਕਿੰਨਾ ਕੁ ਸਮਾਂ ਦੇਪ ਹੁੰਦੇ ਹੋ ਆਪਣੇ ਜਿਹੜਾ ਤੁਹਾਡੇ ਜ਼ਰੂਰੀ ਤੁਸੀਂ ਆਪਣਾ ਕੰਮ ਜਿਹੜਾ ਕਰਨਾ ਹੁੰਦਾ ਉਸ ਤੋਂ ਇਲਾਵਾ ਲਿਖਣ ਦੇ ਤੇ ਕਿੰਨਾ ਕੁ ਟਾਈਮ ਦਿੰਦੇ ਹੋ ਸਰ ਲਿਖਣਾ ਤਾਂ ਇੱਕ ਸਮੁੰਦਰ ਆ ਮੈਂ ਇਹਨੂੰ ਆਪਣਾ ਕੋਈ ਟਾਈਮ ਨਹੀਂ ਦਿੰਦਾ ਬੜੇ ਜੇ ਮੈਂ ਟਾਈਮ ਦੀ ਗੱਲ ਕਰਾਂ ਤਾਂ ਅਗਰ ਹੁਣ ਕਿਸੇ ਵळे ਹੁੰਦਾ ਕਿ ਮੈਂ ਸੁੱਤਾ ਬਿਆ ਹੁੰਨਾ ਵਾਂ ਮੇਰੇ ਜ਼ੈਨ ਦੇ ਵਿੱਚ ਗੱਲ ਹਨਾ ਜਦੋਂ ਉੱਠ ਖੜਦਾ ਵਾਂ ਤਾਂ ਉਦੋਂ ਆ ਜਾਂਦੀ ਚੰਦ ਲੈਨ ਆ ਜਾਂਦੀਆਂ ਨੇ ਤਾਂ ਫਿਰ ਰੂਟੀਨ ਬਾਈ ਰੂਟੀਨ ਉਦੋਂ ਫਿਰ ਲਿਖਣਾ ਸ਼ੁਰੂ ਕਰ ਦਈਦਾ ਤਾਂ ਅੱਜ ਤੱਕ ਸਭ ਤੋਂ ਵੱਧ ਸਮਾਂ ਕੇ ਸੀਤੇ ਤੇ ਤੁਹਾਨੂੰ ਲਿਖਣ ਤੋਂ ਲੱਗਾ ਔਰ ਮੈਂ ਚਾਹਾਂਗਾ ਕਿ ਇਹ ਜ਼ਰੂਰ ਸੁਣਾਓ ਅੱਜ ਤੱਕ ਸਭ ਤੋਂ ਵੱਧ ਸਮਾਂ ਮੈਨੂੰ ਇੱਕ ਸਾਡੇ ਜੋ ਪਿਸ਼ੋਕੜ ਜੋ ਸਾਡਾ ਹਨਾ ਪਿਸ਼ੋਕੜ ਵੇਲੇ ਪੁਰਾਣੇ ਸਮੇਂ ਬੀਤ ਗਏ ਨੇ ਮੈਂ ਉਸ ਚੀਜ਼ ਨੂੰ ਵੀ ਪਹਿਲਾਂ ਬੜਾ ਜਾਂਚਿਆ ਫਿਰ ਉਸ ਚੀਜ਼ ਨੂੰ ਸਮਝਿਆ ਤੇ ਫਿਰ ਉੱਤੇ ਲਿਖਣਾ ਸ਼ੁਰੂ ਕੀਤਾ ਸੋ ਮੈਂ ਜ਼ਰਾ ਸੁਣਾਉਂਗਾ ਤੁਹਾਨੂੰ ਵੇਲੇ ਜਦੋਂ ਸੀ ਪੁਰਾਣੇ ਵੇਲੇ ਜਦੋਂ ਸੀ ਪੁਰਾਣੇ ਹੁੰਦੀ ਕਾਨਿਆਂ ਦੀ ਛੱਤ ਸਿੱਧੇ ਸਾਦੇ ਜਿਹੇ ਲੋਕ ਤੇ ਸਿਆਣੀ ਜਹੀ ਮਤ ਬੰਨ ਚਾਦਰਾਂ ਸੀ ਚਿੱਟਾ ਮੋਢੇ ਸਾਫਾ ਰੱਖ ਲੈਂਦੇ ਸੀ ਤੁਰਦੇ ਫਿਰਦੇ ਉਹ ਖਾਲਾਂ ਵਿੱਚੋਂ ਪਾਣੀ ਪੀ ਲੈਂਦੇ ਸੀ ਸਾਇੰਸ ਕਰਕੇ ਤਰੱਕੀ ਅੱਜ ਪਾਲਿਆ ਕੀ ਲੋਕ ਹਰ ਘਰ ਕੋਖ ਵਿੱਚ ਮਾਰਦੇ ਨੇ ਤੀ ਆਕ ਚੱਕ ਗੈਣਾ ਦੇਖਦਾ ਸੀ ਪਹਿਲਾਂ ਕੋਈ ਧੀਆ ਭੈਣਾ ਵੱਲ ਨੂੰ ਅੱਜ 2021 ਇਹਦਾ ਇਨਜਾਮ ਹੋਣਾ ਕੀ ਇਹ ਕੱਲ ਨੂੰ ਬਜ਼ੁਰਗ ਮੀਲਾ ਮੀਲ ਪੈਦਲ ਕਦੇ ਕਰਦੇ ਸੀ ਸਵਾਰੀ ਅੱਜ ਹਰ ਘਰ ਵਿੱਚ ਯਾਰਾਂ ਲੱਗੀ ਏ ਸਫਾਰੀ ਅਨ ਚੁੱਲਿਆਂ ਤੇ ਪੱਕਦਾ ਤੇ ਸੇਵਾ ਪਾਣੀ ਹੋਵੇ ਹਰ ਦੀ ਅੱਜ ਇੱਕ ਸਾ ਸੋਹਰੇ ਦੀ ਰੋਟੀ ਪਿੱਛੇ ਨੂੰ 100 ਵਾਰੀ ਮਰਦੀ ਕੋਣ ਰੱਖਦੀਆਂ ਕੱਢ ਕੇ ਸੀ ਨੂੰ ਜਦੋਂ ਸਹਰਾ ਕੋਲੋਂ ਲੰਘਦਾ ਹੁਕਮ ਚਾਲਦਾ ਸੀ ਓ ਜਿਉਂ ਐਲਾਨ ਹੋ ਗਿਆ ਏ ਜੱਜ ਦਾ ਪ੍ਰਿੰਸ ਇੱਕ ਮਾਰਿਆ ਟੀਮੀਆਂ ਜ ਜਦ ਦੁਨੀਆ ਮੋਬਾਈਲਾਂ ਵਿੱਚ ਵੜ ਗਈ ਸਤਿਯੁਗ ਤਾਂ ਚਲਾ ਗਿਆ ਦੁਨੀਆ ਕਾਲੀ ਯੁੱਗ ਵਿੱਚ ਖੜ ਗਈ ਸਤਿਯੁਗ ਤਾਂ ਚਲਾ ਗਿਆ ਦੁਨੀਆ ਕਾਲੀ ਯੁੱਗ ਵਿੱਚ ਖੜ ਗਈ ਜੀ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਆ ਕੁਛ ਨਾ ਕੁਛ ਬੰਨਾ ਹੋਰ ਤੁਹਾਡਾ ਸੁਪਨਾ ਕੀ ਹੈ ਇਹ ਬਿਲਕੁਲ ਸਾਰਾ ਸਾਡਾ ਸੁਪਨਾ ਵੀ ਹਨ ਸਾਰਿਆਂ ਵਾਂਗੂ ਆ ਕਿ ਅਸੀਂ ਵੀ ਜਿਹੜੇ ਲਾਈਨ ਦੇ ਵਿੱਚ ਪੈ ਚੁੱਕੇ ਆ ਜਾਂ ਹਨ ਜਿਸ ਨੂੰ ਜਿਆਦਾ ਟਾਈਮ ਦੇ ਰਹੇ ਆ ਸੋ ਉਹਦੇ ਵਿੱਚ ਸਫਲ ਹੋਈਏ ਸੋ ਇਹੀ ਦੁਆ ਕਰਦੇ ਆਂ ਪਰਮਾਤਮਾ ਅਗੇ ਸੋ ਸਾਡੇ ਫੈਮਿਲੀ ਮੈਂਬਰ ਵੀ ਇਹੀ ਚਾਹੁੰਦੇ ਨੇ ਕਿ ਕਾਮਯਾਬ ਬਣੋ ਜੀ ਤਾਂ ਜੇਕਰ ਜਿਵੇਂ ਹੈ ਪਰ ਗੱਲ ਕਰੀਏ ਅੱਜਕੱਲ ਦੇ ਸਿੰਗਰਸ ਦੀ ਤਾਂ ਉਹ ਗਾਇਕ ਜਿਹੜੇ ਨੇ ਅੱਜ ਦੇ ਉਹ ਥੋੜਾ ਜਿਹੜਾ ਯੰਗਸਟਰ ਨੂੰ ਜਿਹੜੇ ਅੱਜ ਦੇ ਨੌਜਵਾਨ ਪੀੜ੍ਹੀ ਆ ਉਹਨੂੰ ਕਿਤੇ ਨਾ ਕਿਤੇ ਕੋਸ਼ ਜਿਹੜੇ ਗੀਤ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਗਲਤ ਮੈਸੇਜ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਗਲਤ ਮੈਸੇਜਸ ਆ ਨੇ ਤੀਜ਼ਾ ਤਾਂ ਤੁਸੀਂ ਹਣਾ ਆਪਾਂ ਡੇਲੀ ਨਿਊਜ਼ ਦੇ ਉੱਪਰ ਦੇਖਦੇ ਆ ਆ ਹੁਣ ਇੱਕ ਪਿੰਡ ਦੀ ਵੀਡੀਓ ਸੀ ਜਿੱਥੇ ਹਣਾ 3-4 ਲੜਕੀਆਂ ਦਾ ਗਰੁੱਪ ਰਫਲ ਲੈ ਕੇ ਸ਼ੂਟ ਕਰ ਰਿਆ ਸੀ ਵੀਡੀਓ ਉਹ ਕਿੰਨਾ ਦੀ ਦੇਣ ਉਹ ਸਾਡੇ ਗਾਣਿਆਂ ਦੀ ਦੇਣ ਆ ਜਦੋਂ ਅਸੀਂ ਇਸ ਤਰ੍ਹਾਂ ਦੇ ਹਨਾ ਗਾਇਕੀ ਨੂੰ ਸੁਣਦੇ ਆ ਤੇ ਸਾਡੇ ਫਿਰ ਦਿਲ ਕਰਦਾ ਕਿ ਅਸੀਂ ਵੀ ਯਾਰ ਹਥਿਆਰ ਲੈ ਕੇ ਦੇਖੀਏ ਯਾ ਫੜ ਕੇ ਸ਼ੂਟ ਕਰੀਏ ਸਾਡੇ ਹਨਾ ਪ੍ਰੋਮੋਸ਼ਨ ਹੋ ਗਈ ਅਸੀਂ ਫੇਮਸ ਹੋਵਾਂਗੇ ਬਟ ਉਹ ਚੀਜ਼ਾਂ ਗਲਤ ਆ ਜੀ ਇਹ ਜੋ ਸਿੰਗਰਾਂ ਨੂੰ ਚਾਹੀਦਾ ਕਿ ਅਸੀਂ ਆਪਣੇ ਪੰਜਾਬ ਦੇ ਭਰਾਵਾਂ ਨੂੰ ਕੀ ਦੇਣਾ ਤੇ ਕਿੰਨੀ ਕੁ ਸਾਨੂੰ ਵਧੀਆ ਗਾਇਕੀ ਦੇਣੀ ਚਾਹੀਦੀ ਆ ਇਹ ਉਹਨਾਂ ਤੇ ਡਿਪੈਂਡ ਕਰਦਾ ਉਹਨੇ ਦੀ ਸੋਚ ਤੇ ਆਏ ਜੀ ਤਾਂ ਇੱਕ ਜੇਕਰ ਦੂਸਰੀ ਤਰਫ ਗੱਲ ਕੀਤੀ ਜਾਵੇ ਸਤਿੰਦਰ ਸਰਤਾਜ ਨੇ ਗੁਰਦਾਸ ਮਾਨ ਨੇ ਵਧੀਆ ਲਿਖਦੇ ਆ ਲੋਕ ਉਹਨਾਂ ਨੂੰ ਵੀ ਸੋਹਦੇ ਆ ਪਰ ਜੋ ਜਿਹੜੇ ਆ ਸਿੰਗਰ ਹੈਗੇ ਨੇ ਇਹ ਕਿਉਂ ਨਹੀਂ ਸੋਚਦੇ ਹੈਗੇ ਕਿ ਅਸੀਂ ਜਿਹੜਾ ਆ ਉਹਨਾਂ ਦੀ ਤਰ੍ਹਾਂ ਜਿਹੜਾ ਲਿਖਿਆ ਜਾਵੇ ਸੋ ਅੱਜਕੱਲ ਹੈਗਾ ਮਾਡਲ ਜ਼ਮਾਨਾ ਵਾ ਸੋ ਹਰ ਕੋਈ ਸੋਚਦਾ ਕਿ ਮੇਰੀ ਵੱਤ ਤੋਂ ਵੱਧ ਕਮਾਈ ਹੋਵੇ ਹਨਾ ਮੈਂ ਅੱਖਾਂ ਸਾਹਮਣੇ ਆਵਾ ਮਤਲਬ ਕਿ ਮੇਰੀ ਚੜ੍ਹਾਈ ਹੋਵੇ ਸੋ ਪਹਿਲਾ ਉਹ ਚੀਜ਼ ਸੀ ਕਿ ਉਹ ਲਿਖਦੇ ਸੀ ਸੋਚ ਵਿਚਾਰ ਕੇ ਸਮਝ ਕੇ ਪੁੰਛਣ ਕਰਕੇ ਫਿਰ ਉਹ ਕਿਸੇ ਚੀਜ਼ ਨੂੰ ਲਿਖਦੇ ਸੀ ਗਾਉਂਦੇ ਸੀ ਤੁਸੀਂ ਹਨਾ ਗੁਰਦਾਸ ਮਾਨ ਨੂੰ ਸੁਣਿਆ ਹੋਣਾ ਕਿੰਨਾ ਵਧੀਆ ਗਾਉਂਦੇ ਸੀ ਤੇ ਉਹਨਾਂ ਵਰਗੀ ਗਾਇਕੀ ਜੇ ਹਨਾ ਆਪਾਂ ਕਹਿ ਲਈ ਫਿਰ ਨਹੀਂ ਗੱਲ ਨਹੀਂ ਬੰਦੀ ਉਹ ਅੱਜ ਦੇ ਸਿੰਗਰਾਂ ਤੋਂ ਨਹੀਂ ਕਹਿ ਨਹੀਂ ਸਕਦੇ ਆ ਪਹਿਲਾਂ ਮੇਰੇ ਕੋਸ਼ ਬਾਕੀ ਫਿਰ ਵੀ ਅਸੀਂ ਇਹੀ ਕਾਵਾਂਗੇ ਕਿ ਚੰਗਾ ਗਾਓ ਤੇ ਚੰਗਾ ਸੁਣਾਓ ਤੇ ਉਹ ਪ੍ਰਮਾਣ ਹੁੰਦੀਆਂ ਚੀਜ਼ਾਂ ਹਨਾ ਤੇ ਬਾਕੀ ਵਧੀਆ ਗਾਓ ਇਹੀ ਕਹੂੰਗਾ ਮੈਂ ਤਾਂ ਮਤਲਬ ਕਿ ਵਧੀਆ ਗਾਇਕੀ ਤੋਂ ਪੰਜਾਬ ਸਾਡੇ ਨੂੰ ਜੀ ਤਾਂ ਜਿਹੜੇ ਗੀਤਕਾਰ ਜਿਹੜੇ ਹੈਗੇ ਨੋ ਕੰਟਰੋਵਰਸੀ ਕ੍ਰੀਏਟ ਜਾਣ ਕੇ ਕਰਦੇ ਹੈਗੇ ਆ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਕਰਦੇ ਆ ਕੀ ਕਹਿਣਾ ਚਾਹੁੰਦੇ ਰਹੀ ਦੇਖੋ ਸਰ ਇਹ ਗੁੱਜੀਆਂ ਗੱਲਾਂ ਨੇ ਇਹਨਾਂ ਦੀਆਂ ਅਸੀਂ ਕੁਛ ਨਹੀਂ ਇਹਨਾਂ ਬਾਰੇ ਕਹਿ ਸਕਦੇ ਹਣਾ ਮਤਲਬ ਕੀ ਹੋ ਸਕਦਾ ਹੈ ਸ਼ੋਹਾਂ ਦੇ ਵਿੱਚ ਜਾਂ ਕਿਸੇ ਹਣਾ ਅਵਾਰਡ ਜੋ ਹਣਾ ਸੈਮੀਨਾਰ ਹੁੰਦਾ ਉਹਨਾਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਕਿੱਥੇ ਕਿੱਥੇ ਮਿਲਦੇ ਨੇ ਤੇ ਬਟ ਜਿਹੜੇ ਸਾਡੇ ਲੋਕ ਹੈਗੇ ਨੇ ਸਾਡੇ ਵੀਰ ਭਰਾਣੇ ਇਹ ਕਹਿ ਦਿੰਦੇ ਨੇ ਕਿ ਨਹੀਂ ਮੈਂ ਉਹਨੂੰ ਜਿਆਦਾ ਫੋਲੋ ਕਰਦਾ ਮੈਂ ਉਹਨੂੰ ਜਿਆਦਾ ਹਣ ਸੁਣਦਾ ਮਾਂ ਕਿ ਉਹ ਫਿਰ ਝੜਪ ਹੋ ਜਾਂਦੀ ਹੈ ਗਰੁੱਪਾਂ ਦੇ ਵਿੱਚ ਇਦਾਂ ਇੱਕ ਲੜਕੀ ਦੀ ਡੈਥ ਵੀ ਹੋਈ ਸੀ ਮਤਲਬ ਕਿ ਇਸੇ ਮੁੱਦਿਆਂ ਨੂੰ ਲੈ ਕੇ ਸੋ ਨਹੀਂ ਇਹ ਚੀਜ਼ ਗਲਤ ਆ ਮਤਲਬ ਕਿ ਸੋਹਣੋ ਉਹਨੂੰ ਜੋ ਚੰਗਾ ਵਾ ਬਿਲਕੁਲ ਜੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਕੀ ਲਿਖ ਰਹੇ ਹੋ ਸਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਮੈਂ ਬੜਾ ਕੁਝ ਅਜੇ ਲਿਖਣਾ ਚਾਹੁੰਦਾ ਵਾਂ ਕਿ ਜੋ ਇੱਕ ਹਨਾ ਸਾਡੇ ਸਿਹਤ ਦੇ ਸਕੇ ਪੰਜਾਬ ਨੂੰ ਇੱਕ ਵਧੀਆ ਚੀਜ਼ ਹੋਵੇ ਸੋ ਉਸ ਦੇ ਨਾਲ ਹੀ ਮੈਂ ਇੱਕ ਹੋਰ ਚੀਜ਼ ਲਿਖ ਰਿਹਾ ਹਾਂ ਸੋ ਜਰਾ ਸੁਣ ਕੇ ਤੌਰ ਤਰੀਕੇ ਬਦਲੇ ਤੇਰੇ ਤੌਰ ਤਰੀਕੇ ਬਦਲੇ ਤੇਰੇ ਲਿਖਤਾ ਵਾਂਗਰ ਪੜਲੇ ਚਿਹਰੇ ਸਾਡੀ ਤਾਂ ਹੁਣ ਲੋੜ ਨਾ ਰਹਿ ਗਈ ਖਾਸ ਬਣਾਲੇ ਖੌਰੇ ਕਿਹੜੇ ਜਿੰਨਾਂ ਨੂੰ ਸਭੀ ਔਖੇ ਲੱਗਦੇ ਸੀ ਬਿਨ ਸਾਡੇ ਜੀਣਾ ਸਿੱਖ ਗਏ ਨੇ ਜੋ ਖੁਦ ਕਾਇਨਾਤ ਦੇ ਮਾਲਕ ਸੀ ਉਹ ਵਾਂਗ ਵਸਤੂਆਂ ਵੇਚ ਗਏ ਨੇ ਅਸੀਂ ਚੁੱਪ ਚਪੀਤੇ ਨਾ ਬੋਲੇ ਦਿਲ ਪਹਿਲਾਂ ਹੀ ਜੜ ਤੋਂ ਸੱਚੇ ਸੀ ਉਹ ਵਾਂਗ ਚਮਚਿਆਂ ਵਰਤ ਗਏ ਵੈਸੇ ਭਾਂਡੇ ਉਹ ਵੀ ਕੱਚੇ ਸੀ ਮਿੱਠੇ ਬੋਲ ਸਿੱਖੀਆਂ ਸ਼ੁਰੀਆਂ ਸਦਰਾਂ ਮੇਰੀਆਂ ਜਾਵਣਪੁਰੀਆਂ ਦਲਸੀ ਖੋਟੇ ਨੀਤਾਂ ਬੁਰੀਆਂ ਉਹਨਾਂ ਗਲਪੇ ਢੋਲ ਵਜਾਉਣਾ ਹੀ ਸੀ ਉਹ ਆਪਣਾ ਆਪਣਾ ਕਹਿ ਕੇ ਲੁੱਟ ਗਏ ਉਹਨਾਂ ਆਪਣਾ ਗਲ ਤੋਂ ਲਾਉਣਾ ਹੀ ਸੀ ਉਹ ਪਰਖਾਂ ਦੇ ਵਿੱਚ ਪੈ ਗਏ ਸੀ ਕਿਸੇ ਹੋਰ ਦੀ ਬੇੜੀ ਬਹਿ ਗਏ ਸੀ ਉਹ ਸਾਡੇ ਦਿਲ ਤੋਂ ਲੈ ਗਏ ਸੀ ਜਦੋਂ ਬਦਲ ਉਹਨਾਂ ਦਾ ਅੰਦਾਜ਼ ਗਿਆ ਇੱਥੇ ਧੋਖਾ ਦੇਣਾ ਔਖਾ ਨਹੀਂ ਉਹਨਾਂ ਬੁੱਲਾਂ ਵਿੱਚੋਂ ਆਪ ਕਿਹਾ ਅਸੀਂ ਮੰਜ਼ਲਾਂ ਤਾਂ ਹੀ ਪਹੁੰਚਣਾ ਸੀ ਉਹ ਰਾਹਾਂ ਦੇ ਵਿੱਚ ਰੋਲ ਗਏ ਉਹ ਗੁਲਾਬ ਹੰਕਾਰੇ ਮਹਿਕਾਂ ਦੇ ਸਾਨੂੰ ਕੰਡਿਆਂ ਦੇ ਨਾਲ ਤੋਲ ਗਏ ਇਥੇ ਸੱਚ ਬਕਾਉ ਮਡੀਆਂ ਦੇ ਵਿੱਚ ਝੂਠ ਦੇ ਵਜਦੇ ਠੇਕੇ ਨੇ ਇਥੇ ਸੱਚ ਬਕਾਉ ਮਡੀਆਂ ਦੇ ਵਿੱਚ ਤੇ ਝੂਠ ਦੇ ਵਜਦੇ ਠੇਕੇ ਨੇ ਉਥੇ ਜਿਸਮ ਨਮਾਇਸ਼ਾਂ ਲੱਗੀਆਂ ਸੀ ਪਰ ਅੱਖੀਂ ਪੈਂਦੇ ਦੇਖੇ ਨੇ ਪ੍ਰਿੰਸ ਸੁਰਤ ਟਿਕਾਣੇ ਨਾ ਰਹਿੰਦੀ ਜਦੋਂ ਸੋਹਣੀਆ ਸੂਰਤਾਂ ਦਿਖਦੀਆਂ ਨੇ ਰੱਬ ਤਾਂ ਸਭ ਦੇ ਅੰਦਰ ਵਸੇ ਬਾਹਰ ਫੋਟੋਆਂ ਵੀ ਰੱਬ ਦੀਆਂ ਵਿਖਦੀਆਂ ਨੇ ਰੱਬ ਤਾਂ ਸਭ ਦੇ ਅੰਦਰ ਵਸੇ ਬਾਹਰ ਫੋਟੋਆਂ ਵੀ ਰੱਬ ਦੀਆਂ ਵਿਖਦੀਆਂ ਨੇ ਜੀ ਜਦੋਂ ਤੁਸੀਂ ਇਹ ਕੁਝ ਲਿਖਦੇ ਹੋ ਕਿੰਨਾ ਕੁ ਸਮਾਂ ਲੱਗ ਜਾਂਦਾ ਇਹਨੂੰ ਸਰੇ ਸੀ ਨੂੰ ਲਿਖਣ ਲੱਗਿਆ ਅਗਰ ਹਨਾ ਲਾਈਨਾਂ ਬੰਦੀਆਂ ਜਾਣ ਤਾਂ ਫਿਰ 4-5 ਮਿੰਟ ਦੇ ਵਿੱਚ ਪੂਰੀ ਲਿਖਤ ਸਾਡੀ ਹਨਾ ਕੰਪਲੀਟ ਹੋ ਜਾਂਦੀ ਆ ਕਈ ਚੀਜ਼ਾਂ ਹੁੰਦੀਆਂ ਨੇ ਫਿਰ ਸੋਚਣੀਆਂ ਪੈਂਦੀਆਂ ਨੇ ਜਦੋਂ ਹਨਾ ਉੱਪਰੋਂ ਹੁਕਮ ਹੋਵੇ ਫਿਰ ਉਹ ਉਦੋਂ ਹੀ ਅਸੀਂ ਲਿਖ ਸਕਦੇ ਆ ਬਾਕੀ ਕਈਆਂ ਚੀਜ਼ੇ ਨੂੰ ਟਾਈਮ ਹੀ ਲੱਗ ਜਾਂਦਾ ਜੀ ਤਾਂ ਅੱਜ ਤੱਕ ਸਭ ਤੋਂ ਵੱਧ ਸਮਾਂ ਕਿਸੇ ਨੂੰ ਲੱਗਾ ਜਿਹੜਾ ਤੁਸੀਂ ਲਿਖਿਆ ਹੋਵੇ ਸਰ ਮੈਂ ਇੱਕ ਆਪਣੀ ਖੁਦੀ ਲਾਈਫ ਦੇ ਉੱਪਰ ਹੀ ਇੱਕ ਲਿਖਿਆ ਸੀ ਚੀਜ਼ ਸੋ ਉਸ ਨੂੰ ਕਾਫੀ ਟਾਈਮ ਲੱਗਾ ਕਿੰਨਾ ਸਮਾਂ ਲੱਗਾ ਉਸ ਨੂੰ ਮੇਰੇ 10 ਦਿਨ ਲੱਗੇ ਸੀ ਜੀ ਸੋ ਅਗਰ ਹਣਾ ਜਰਾ ਆ ਬੋਲ ਕੇ ਜੀ ਤੈਨੂੰ ਕੱਢ ਕੇ ਮੈਂ ਲੈ ਜਾ ਐਡੀ ਵੱਡੀ ਵੀ ਕੋ ਗੱਲ ਨਾ ਤੈਨੂੰ ਕੱਢ ਕੇ ਮੈਂ ਲੈ ਜਾ ਐਡੀ ਵੱਡੀ ਵੀ ਕੋ ਗੱਲ ਨਾ ਤੇਰੇ ਮਾਪੇ ਮਨ ਜਾਣ ਐਡੀ ਸੋਖੀ ਵੀ ਕੋ ਗੱਲ ਨਾ ਉਹਨਾਂ ਨੂੰ ਇੱਜ਼ਤਾਂ ਪਿਆਰੀਆਂ ਤੇਰੇ ਹੱਥਾਂ ਵਿੱਚ ਸਰਦਾਰੀਆਂ ਨਾ ਮੈਂ ਪੱਗਾਂ ਨਾਲ ਖੇਡਾਂ ਮੈਨੂੰ ਵੀ ਤਾਂ ਇੱਜ਼ਤਾਂ ਪਿਆਰੀਆਂ ਤੇਰਾ ਬਾਪੂ ਲੱਭੇ ਬੈਲੀ ਮੇਰੀ ਕਨਾਲ ਦੀ ਔਕਾਤ ਨਾ ਮੈਂ ਖਾਂਦਾ ਨਹੀਂ ਉਹ ਮੇਰਾ ਠੋਡੀ ਸੰਧੂ ਸਾਹਿਬ ਜਾਤ ਨਾ ਗੱਲ ਕਹੂੰਗਾ ਜ਼ਰੂਰ ਗੱਲ ਲੱਗੂ ਤੁਹਾਨੂੰ ਕੋੜੀ ਦਿਲ ਮਿਲੇ ਆਂ ਦੇ ਮੇਲੇ ਗੱਲ ਰੱਬ ਨੇ ਆ ਤੋਰੀ ਤਾਨੂੰ ਦਿਲ ਚ ਵਸਾਇਆ ਰੱਬ ਦਿਲੋਂ ਮੈਂ ਭਲਾਇਆ ਰੱਬ ਰਹਿਂਦਾ ਨਹੀਂ ਉਹ ਯਾਦ ਤੂੰ ਮੇਰਾ ਰੱਬ ਬਣ ਆਇਆ ਸੱਚੀ ਤੇਰੇ ਨਾਲ ਪ੍ਰੀਤ ਕਿੰਨਾ ਤੇਰੇ ਨਾਲ ਪਿਆਰ ਝੂਠੇ ਕੌਲ ਤੇ ਕਰਾਰ ਮੈਨੂੰ ਪਾਉਂਦੇ ਨਹੀਂ ਉਹ ਯਾਰ ਜਿਹਨੂੰ ਸਗਾ ਨਾ ਮੈਂ ਤੋੜ ਕੋਈ ਬਣੇ ਨਾ ਦਵਾਰ ਪਰ ਤੇਰੇ ਮੇਰੇ ਪਿਆਰ ਵਿੱਚ ਮੋੜ ਜਾਦ ਕਰੂ ਵਾਰ ਜਿੱਥੇ ਖੜਾ ਕਰਤਾਰੀ ਉਥੇ ਲੱਗੀ ਏ ਕਤਾਰ ਉਥੇ ਜਾਤ ਪਾਤ ਵਾਲੀ ਕੋਈ ਕਰੇ ਨਾ ਵਿਚਾਰ ਜਦੋਂ ਸਿਵੇਂਆਂ ਚ ਫੋਕੇ ਉਹ ਜਾਣਾ ਏ ਉਹ ਡਾਰ ਫਿਰ ਕਾਹ ਤੋਂ ਦੱਸ ਮੈਨੂੰ ਜਾਵੇ ਦਬਦਾ ਪਿਆਰ ਜਿਲਾਈ ਤੇਰੇ ਨਾਲ ਯਾਰੀ ਤੇਰੇ ਵੀਰ ਦਾ ਵੀ ਯਾਰਿਆਂ ਮੈਨੂੰ ਮਿਲੂਗਾ ਇਨਾਮ ਨਹੀਂ ਮੈਂ ਯਾਰਗਰਦਾਰਿਆਂ ਜੇ ਮੈਂ ਤੇਰੇ ਨਾਲ ਤੁਰਾਂ ਫਿਰ ਤੇਰਾ ਸਰਦਾਰਿਆਂ ਮੈਨੂੰ ਦੇਣਗੇ ਨਹੀਂ ਤਾਨੇ ਜਿਹੜੇ ਨਾਲ ਯਾਰ ਚਾਰਿਆਂ ਪਹਿਲਾ ਯਾਰੀ ਤੇ ਕਲੰਕ ਦੂਜਾ ਤਿੱਖੀ ਜੀ ਕਟਾਰਿਆਂ ਨਾ ਰੋਲੇ ਤੇਰੇ ਬਾਪ ਵਾਲੀ ਪੱਗ ਕਰਾਂ ਦੇ ਲੋ ਸਤਕਾਰਿਆਂ ਦਸ ਕਰਾਂ ਤੇ ਕਰਾਂ ਦਸ ਕੀ ਮੈਂ ਕਰਾਂ ਦਸ ਕਰਾਂ ਤੇ ਕਰਾਂ ਦਸ ਕੀ ਮੈਂ ਕਰਾਂ ਮੈਨੂੰ ਹੋ ਗਿਆ ਏ ਪਿਆਰ ਕਿੱਥੇ ਜਾ ਮੈਂ ਮਰਾਂ ਕੋਈ ਬਣੀ ਨਹੀਂ ਉਹ ਜੇਲ ਕੋਈ ਬਣੀ ਨਹੀਂ ਸਲਾਖ ਜਿੱਥੇ ਜਾਗੇ ਮੁੱਕ ਜਾਵੇ ਮੇਰੇ ਯਾਰ ਦੀ ਤਲਾਸ਼ ਗੱਲ ਪੂਰੀ ਮੈਂ ਚੜਾਈ ਹੁਣ ਮੁੱਕ ਦੀ ਕਰਾਂ ਹੁਣ ਸ਼ੁਰੂਆਤ ਪਿਆਰ ਵਾਲੀ ਤੁੱਕ ਦੀ ਕਰਾਂ ਤੇਰੇ ਤਿੱਖੇ ਤਿੱਖੇ ਨੈਣ ਮੈਨੂੰ ਰਹਿਣ ਡੰਗਦੇ ਤੇਰੇ ਮਿੱਠੇ ਮਿੱਠੇ ਬੋਲ ਮੈਨੂੰ ਸੂਲੀ ਟੰਗਦੇ ਤੇਰੀ ਝਾਂਜਰਾਂ ਦਾ ਸ਼ੋਰ ਤੇਰੀ ਗੱਲਬਾਤ ਹੋਰ ਮੇਰੇ ਜ਼ੈਨ ਵਿੱਚ ਗੱਲ ਮੇਰੀ ਤੇਰੇ ਤੱਕ ਦੌੜ ਇਨਾ ਅੰਨਾ ਹੁੰਦਾ ਹਾਸ਼ਕ ਵੇਖੇ ਬੰਬੀਓਂ ਲਾਹੌਰ ਹੁਣ ਗੱਲਾਂ-ਗੱਲਾਂ ਵਿੱਚ ਗੱਲ ਕਰਾਂ ਲੇਖਦੀ ਸੱਚਾ ਕੀ ਤਾਂ ਮੈਂ ਪਿਆਰ ਦੁਨੀਆ ਸਾਰ ਬਾਲੇ ਵੇਖਦੀ ਪਰ ਫੇਰ ਵੀ ਤੂੰ ਛੱਡ ਨਹੀਂ ਮੈਂ ਜਿੱਤੂੰਗਾ ਜਹਾਨ ਮੇਰੀ ਲੋਹੇ ਦੀ ਲਕੀਰ ਜਿਹੜੀ ਦਿੱਤੀ ਆ ਜ਼ੁਬਾਨ ਮੈਨੂੰ ਕਰ ਦੇ ਵੀ ਮਾਫ਼ ਤੇਰਾ ਪ੍ਰਿੰਸਿਆ ਨਦਾਨ ਤੈਨੂੰ ਜ਼ਿੰਦਗੀ ਚ ਪਾਇਆ ਮੈਨੂੰ ਕਿੰਨਾ ਆ ਗੁਮਾਨ ਜੇ ਤੂੰ ਸੱਚ ਮੁੱਛ ਪੁੱਛੇ ਤੇਰੇ ਜਈ ਨਹੀਂ ਰਕਾਨ ਇੱਥੇ ਬਹੁਤ ਯਾਰ ਰਕਾਨਾ ਪਰ ਤੇਰੀ ਜੁੱਤੀ ਵਾਲੀ ਮਿੱਟੀ ਦੇ ਸਮਾਨ ਮੇਰੀ ਇਹੋ ਆ ਸਚਾਈ ਮੇਰੀ ਇਹੋ ਆ ਸਚਾਈ ਤੇਰੇ ਬਿਨਾ ਨਹੀਂ ਹੋ ਸਰਨਾ ਜੇ ਤੂੰ ਡੋਬ ਦਿੱਤਾ ਮੈਨੂੰ ਮੈਨੂੰ ਆਉਣਾ ਨਹੀਂ ਹੋ ਤਰਨਾ ਚੌਂ ਕੰਧਿਆਂ ਦੇ ਉੱਤੇ ਚੌਂ ਕੰਧਿਆਂ ਦੇ ਉੱਤੇ ਜਾਉ ਇੱਕ ਲੌਤੀ ਮੇਰੀ লাশ ਸਰੀਰ ਸੜ ਬਾਲ ਜਾਣਾ ਰਹਿਣੀ ਰੂਹ ਨੂੰ ਤਲਾਸ਼ ਸਿਵਾ ਬਲ ਦਾ ਰਹੂਗਾ ਦੇਖ ਜਾਵੀ ਨਾ ਤੂੰ ਡੋਲ ਸਿਵਾ ਬਲ ਦਾ ਰਹੂਗਾ ਦੇਖ ਜਾਵੀ ਨਾ ਤੂੰ ਡੋਲ ਤੈਨੂੰ ਉਦੋਂ ਵੀ ਕਹੂੰਗਾ ਜੀ ਤੇ ਆ ਜਾ ਮੇਰੇ ਕੋਲ ਤੈਨੂੰ ਅੱਜ ਵੀ ਕਹੂੰਗਾ ਜੀ ਤੇ ਆ ਜਾ ਮੇਰੇ ਕੋਲ ਤੈਨੂੰ ਹਰ ਦਮ ਕਹੂੰ ਜੀ ਤੇ ਆ ਜਾ ਮੇਰੇ ਕੋਲ ਤਾਂ ਸਭ ਤੋਂ ਜ਼ਿਆਦਾ ਕਿੰਨੂੰ ਸੁਣਦੇ ਹੋ ਔਰ ਕਿੰਨੂੰ ਪੜਦੇ ਹੋ ਤੁਸੀਂ ਸਰ ਮੈਂ ਅਸਾਸਿੰਗ ਮਸਤਾਨਾ ਜੀ ਨੂੰ ਮੇਜਰ ਰਾਜਸਥਾਨੀ ਜੀ ਤੇ ਜਮਲਾ ਜੀ ਹੋਗੇ ਤੇ ਸਰਜੀਤ ਪਾਤਰ ਜੀ ਨੂੰ ਪੜਦਾ ਜੀ ਤਾਂ ਫਿਰ ਆਪਣਾ ਜਿਹੜਾ ਤੁਹਾਡਾ ਜਿਹੜਾ ਕੰਮ ਕਰਦੇ ਹੋ ਤੁਸੀਂ ਉਹਦੇ ਤੋਂ ਤੁਹਾਡਾ ਜਿਹੜਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਜੀ ਬਿਲਕੁਲ ਉਹ ਹਨਾ ਬਹੁਤ ਕਿਰਪਾ ਮਾਲਕ ਦੀ ਸੋ ਬਹੁਤ ਵਧੀਆ ਗੁਜ਼ਾਰਾ ਚੱਲਦਾ ਸੋ ਬੜੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਜੀ ਤਾਂ ਓਨ ਵਾਲੇ ਸਮੇਂ ਦੇ ਵਿੱਚ ਕੀ ਤੁਹਾਡਾ ਜਿਹੜਾ ਤਹੀ ਕੀ ਕੋਈ ਬੁੱਕ ਵਗੈਰਾ ਕੱਢਣ ਦੀ ਸੋਚ ਦਿਓ ਕੁਝ ਜੀ ਬਿਲਕੁਲ ਮੈਂ ਕੁਝ ਕੁ ਆਪਣੀਆਂ ਪੁਸਤਕਾਂ ਰਿਲੀਜ਼ ਕਰਾਂਗਾ ਤੇ ਕੁਝ ਕੁ ਗਾਣਿਆਂ ਦੀ ਵੀ ਹੈਗੇ ਚਾਂਸਸ ਹੈਗੇ ਨੇ ਸੋ ਵਧੀਆ ਹਨਾ ਜੋ ਜਿਨ੍ਹਾਂ ਤੇ ਵਧੀਆ ਬੋਲ ਹੋਣ ਸੋ ਉਹ ਵੀ ਮੈਂ ਪ੍ਰਮੋਟ ਕਰੂੰਗਾ ਜੀ ਤਾਂ ਕਿਸ ਤਰ੍ਹਾਂ ਦਾ ਲਿਖ ਰਹੇ ਹੋ ਤੁਸੀਂ ਜੀ ਸੋ ਦੋ ਕੁ ਲਾਈਨਾਂ ਗਾਣੇ ਦੀ ਮੈਂ ਜਰੂਰ ਸੁਣਾਉਂਗਾ ਹੋ ਬੈਲੀਆਂ ਦੇ ਵੈਲ ਪੁਣੇ ਨੇ ਮਾਰਤਾ ਗਰੀਬ ਦਾਸੀ ਪੋਤੇ ਓਏ ਓ ਬੈਲੀਆਂ ਦੇ ਵੈਲ ਪੁਣੇ ਨੇ ਮਾਰਤਾ ਗਰੀਬ ਦਾਸੀ ਪੋਤੇ ਓਏ 2 ਬਾਈ ਸਾਲ ਦੀ ਉਮਰ ਮੁੰਡਾ ਸੋਨਾ ਸੀ ਸਨਖਾ ਹੀ ਖਾ ਗਿਆ ਏ ਬਾਪੂ ਨੂੰ ਤਾਂ ਧੋਖੇ ਓਏ ਰਾਲੀ ਯਾਰਾਂ ਨਾਲ ਬੰਦੇ ਜਿਹੜੇ ਮਾਰਦੇ ਉਹਨਾਂ ਰੱਖ ਦਿੱਤਾ ਪੁੱਤ ਮੇਰਾ ਮਾਰ ਕੇ ਉਹ ਗਾਣਿਆਂ ਚ ਗੰਨਾ ਨੂੰ ਚਲਾਉਣ ਵਾਲੀ ਉਹ ਗੱਲ ਸੋਚੇ ਹੋਏ ਕਦੀ ਇਹ ਵਿਚਾਰ ਕੇ ਗਏ ਕਿੰਨੀਆਂ ਮਾਵਾਂ ਦੇ ਪੁੱਤ ਸੇਵਿਆਂ ਚ ਫੁਕੇ ਕਿੰਨੇ ਹਾਰੇ ਗਾਣੇ ਸੋਣ ਮਾਰਨੇ ਗਏ ਕਿੰਨੀਆਂ ਮਾਵਾਂ ਦੇ ਪੁੱਤ ਸੇਵਿਆਂ ਚ ਫੁਕੇ ਕਿੰਨੇ ਹਾਰੇ ਗਾਣੇ ਸੋਣ ਮਾਰਨੇ ਜੀ ਤਾਂ ਕੀ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਆਮ ਪਬਲਿਕ ਨੂੰ ਮੇਰਾ ਇਹ ਮੈਸੇਜ ਆ ਮਤਲਬ ਕਿ ਚੰਗਾ ਸੁਣੋ ਅਨਾ ਤੁਸੀਂ ਜਦੋਂ ਅਸੀਂ ਇੱਕ ਜੋ ਨਹੀਂ ਵਧੀਆ ਲਿਖਦੀਆਂ ਨਹੀਂ ਵਧੀਆ ਗਾਉਂਦੇ ਉਹਨਾਂ ਦੀ ਅਸੀਂ ਸਪੋਰਟ ਕਰਦੇ ਆ ਫਿਰ ਉਹਨਾਂ ਦੇ ਵਿੱਚ ਇੱਕ ਹੱਲਾਸ਼ੇਰੀ ਆਉਂਦੀ ਆ ਹੱਲਾਸ਼ੇਰੀ ਦੇ ਵਿੱਚ ਫਿਰ ਪੰਜਾਬ ਕੁਝ ਕੁ ਗਲਤੀਆਂ ਦਾ ਸ਼ਿਕਾਰ ਹੋ ਜਾਂਦਾ ਵਾ ਸੋ ਜਨਿ ਕਿ ਆਪਣੇ ਹੱਕਾਂ ਲਈ ਲੜੋ ਮਤਲਬ ਕਿ ਜੋ ਗਲਤ ਆ ਉਹਨੂੰ ਗਲਤ ਕਹੋ ਜੋ ਸਹੀ ਆ ਉਹਨੂੰ ਸਹੀ ਕਹੋ ਸੋ ਬਾਕੀ ਸਾਰਿਆਂ ਦੇ ਨਾਲ ਹੀ ਆ ਜਿਵੇਂ ਜੀ ਸੋ ਇਹ ਸਰਨ ਸਾਡੇ ਨਾਲ ਲੇਖਕ ਪ੍ਰਿੰਸ ਜਿੰਨਾ ਜੀ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੋ ਪੰਜਾਬ ਦੀ ਨੌਜਵਾਨੀ ਆ ਉਹਨਾਂ ਨੂੰ ਚੰਗਾ ਸੁੰਨਾ ਚਾਹੀਦਾ ਹੈ ਔਰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ ਦੇ ਨਾਲ ਤੁਹਾਨੂੰ ਨਵੀ ਤੋਂ ਨਵੀ ਅਪਡੇਟ ਦਿੰਦੇ ਰਵਾਂਗੇ ਅੰਮ੍ਰਿਤਸਰ ਤੋਂ ਪ੍ਰਦੀਪ ਰੋੜਾ ਦੀ ਵਿਸ਼ੇਸ਼ ਰਿਪੋਰਟ